ਆਓ ਇਤਿਹਾਸ ਵਿੱਚ ਇੱਕ ਝਾਤ ਮਾਰੀਏ, ਇੱਕ ਇਹੋ ਜਿਹੀ ਮਾਂ ਜਿਹੜੀ ਚਾਹੁੰਦੀ ਹੈ ਕਿ ਮੈਂ ਆਪਣੇ ਪੁੱਤ ਦੇ ਅੰਦਰ ਗੁਰਬਾਣੀ ਦਾ ਚਾਨਣ ਭਰ ਦੇਵਾਂ, ਇਹਦੇ ਅੰਦਰ ਦਾ ਹਨੇਰਾ ਚਲੇ ਜਾਏ, ਇਹਦੇ ਅੰਦਰ ਦਾ ਰੱਬ ਨਾਲ ਮਿਲਾਪ ਹੋ ਜਾਏ। ਆਪਣੇ ਪੁੱਤ ਨੂੰ ਕਹਿੰਦੀ, ਪੁੱਤ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਪਹਿਲਾਂ ਆਪ ਬੈਠ ਬੈਠ ਕੇ ਕਰਾਉਣਾ, ਬੱਚੇ ਜਦੋਂ ਥੋੜ੍ਹੇ ਵੱਡੇ ਹੁੰਦੇ ਨੇ ਫਿਰ ਬਿਠਾਉਣਾ ਔਖਾ ਹੋ ਜਾਂਦਾ। ਫਿਰ ਮਾਂ ਨੇ ਕਹਿਣਾ, ਪੁੱਤ ਪਾਠ ਕੀਤਾ ਹੈ? ਹਾਂ ਮਾਂ, ਮੈਂ ਕਰ ਲਿਆ ਹੈ। ਮਾਂ ਨੇ ਫਿਰ ਪੁੱਛਣਾ ਅਗਲੇ ਦਿਨ, ਪੁੱਤ ਜਪਜੀ ਸਾਹਿਬ ਪੜ੍ਹ ਲਈ? ਹਾਂ ਮਾਂ, ਮੈਂ ਪੜ੍ਹ ਲਈ। ਉਹਨੇ ਰੋਜ਼ ਦੇ ਹੀ ਲਗਭਗ ਕੰਮ ਉਹਨੇ ਰੋਜ਼ ਹੀ ਪੁੱਛ ਲੈਣਾ, ਪੁੱਤ ਜਪਜੀ ਸਾਹਿਬ ਕੀਤਾ ਹੈ ਨਾ, ਨਿਤਨੇਮ ਕੀਤਾ ਹੈ ਨਾ। ਉਹ ਰੋਜ਼ ਦੱਸ ਦੱਸ ਕੇ, ਜਦੋਂ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ ਨਾ, ਫਿਰ ਉਹਦੇ ਅੰਦਰ ਦੀ ਇਹ ਭਾਵਨਾ ਹੁੰਦੀ, ਮੈਨੂੰ ਕੋਈ ਸ਼ੱਕ ਨਾ ਕਰੇ ਮੇਰੇ ਉੱਤੇ, ਮੇਰੇ ਉੱਤੇ ਵਿਸ਼ਵਾਸ ਕਰੇ। ਹੁਣ ਮਾਂ ਦਾ ਇਹ ਪੁੱਛਣਾ ਉਹਨੂੰ ਖਟਕਣ ਲੱਗ ਪਿਆ। ਰੋਜ਼ ਹੀ ਪੁੱਛ ਲੈਂਦੀ ਹੈ, ਮੈਂ ਰੋਜ਼ ਹੀ ਕਹਿੰਦਾ, ਇਹਨੂੰ ਮੇਰੇ 'ਤੇ ਵਿਸ਼ਵਾਸ ਹੀ ਨਹੀਂ, ਇਹ ਮੇਰੇ 'ਤੇ ਸ਼ੱਕ ਕਰਦੀ ਹੈ। ਅਤੇ ਕਈ ਵਾਰ ਉਹਨੇ ਯਤਨ ਕਰਨਾ ਵੀ ਇਹ ਸਵਾਲ ਪੁੱਛੇ ਨਾ, ਇਹਦੀ ਤਸੱਲੀ ਵਾਸਤੇ ਮੈਂ ਇਹਦੇ ਸਾਹਮਣੇ ਕੁਝ ਐਸਾ ਕਰਾਂ ਵੀ ਇਹਨੂੰ ਲੱਗੇ ਵੀ ਪਾਠ ਕਰਦਾ। ਕੋਲ ਰਹਿ ਕੇ ਕਈ ਵਾਰ ਮੂੰਹ ਦੇ ਬੁੱਲ ਦੇ ਜ਼ੋਰ ਜ਼ੋਰ ਕੀ ਹਿਲਾਉਣੇ ਤਾਂ ਕਿ ਮਾਂ ਨੂੰ ਲੱਗੇ ਕੁਛ ਪੜ੍ਹਦਾ ਹੈ, ਪਾਠ ਕਰਦਾ ਹੈ। ਮਾਂ ਨੇ ਵੇਖ ਵੀ ਲੈਣਾ, ਫਿਰ ਸਮਾਂ ਪਾ ਕੇ ਪੁੱਛ ਲੈਣਾ, ਪੁੱਤ ਪਾਠ ਕੀਤਾ ਸੀ? ਹੁਣ ਹੋਰ ਗੁੱਸਾ ਚੜ੍ਹਨਾ ਵੀ ਮੈਂ ਤਾਂ ਇਹਦੇ ਸਾਹਮਣੇ ਸਭ ਕੁਝ ਕੀਤਾ ਹੈ ਨਾ, ਫਿਰ ਵਿਸ਼ਵਾਸ ਨਹੀਂ ਕਰਦੀ। ਕਈ ਵਾਰ ਗੁਟਕਾ ਸਾਹਿਬ ਲੈ ਕੇ ਉਹਦੇ ਕੋਲੋਂ ਨਿਕਲ ਜਾਣਾ, ਮਾਂ ਨੇ ਵੇਖਣਾ, ਮੁਸਕਰਾਉਣਾ, ਮਾਂ ਨੇ ਫਿਰ ਪੁੱਛ ਲੈਣਾ ਸਮਾਂ ਪਾ ਕੇ, ਪੁੱਤ ਅੱਜ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਨਾ? ਹੁਣ ਗੁੱਸਾ ਚੜ੍ਹ ਜਾਣਾ, ਮਾਂ ਤੈਨੂੰ ਮੇਰੇ 'ਤੇ ਭਰੋਸਾ ਨਹੀਂ, ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ, ਤੂੰ ਮੈਨੂੰ ਵੇਖਿਆ ਨਹੀਂ ਜਦੋਂ ਮੈਂ ਗੁਟਕਾ ਲੈ ਕੇ ਗਿਆ ਸੀ, ਮੈਂ ਹੋਰ ਕੀ ਕਰਨਾ ਗੁਟਕਾ ਸਾਹਿਬ ਲੈ ਕੇ, ਫਿਰ ਤੂੰ ਮੈਨੂੰ ਪੁੱਛਦੀ ਕਿਵੇਂ? ਮਾਂ ਨੇ ਮੁਸਕਰਾ ਦੇਣਾ, ਪੁੱਤ ਕੋਈ ਗੱਲ ਨਹੀਂ, ਗਲਤੀ ਹੋ ਗਈ ਮੇਰੇ ਕੋਲ। ਸਮਾਂ ਲੰਘਦਾ ਗਿਆ, ਇਹ ਜਵਾਨ ਹੋ ਗਿਆ, ਇਹ ਵੱਡਾ ਹੋ ਗਿਆ, ਸਕੂਲ ਦੇ ਵਿੱਚ ਚੰਗੇ ਨੰਬਰਾਂ 'ਚ ਪਾਸ ਹੋਣ ਵਾਲਾ ਹੁਸ਼ਿਆਰ ਵਿਦਿਆਰਥੀ, ਅੱਜ ਸਬੱਬ ਬਣਿਆ ਵਿਦੇਸ਼ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਵਾਸਤੇ ਇਸ ਨੂੰ ਸੁਭਾਗ ਪ੍ਰਾਪਤ ਹੋਇਆ। ਹੁਣ ਵਿਦੇਸ਼ ਵਿੱਚ ਜਾਣ ਵਾਸਤੇ ਤਿਆਰੀਆਂ ਕਰ ਰਹੇ ਨੇ। ਇਸ ਬੱਚੇ ਦਾ ਨਾਮ ਹੈ ਪੂਰਨ ਸਿੰਘ, ਜਿਨ੍ਹਾਂ ਨੂੰ ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਕਰਕੇ ਜਾਣਦੇ ਹਾਂ। ਭਗਤ ਪੂਰਨ ਸਿੰਘ ਜੀ ਹੋਰ ਨੇ, ਇਹ ਪ੍ਰੋਫੈਸਰ ਪੂਰਨ ਸਿੰਘ ਜੀ ਹੈ। ਵਿਦੇਸ਼ ਵਿੱਚ ਜਾਣ ਦੀ ਤਿਆਰੀ ਵਿੱਚ ਸਾਰਾ ਪਰਿਵਾਰ ਲੱਗਾ ਹੈ। ਮਾਂ ਉਹਨੂੰ ਪੁੱਛਦੀ, ਪੁੱਤ ਕੋਈ ਚੀਜ਼ ਰਹਿ ਨਾ ਜਾਏ? ਨਾ ਮਾਂ, ਕੋਈ ਚੀਜ਼ ਨਹੀਂ ਰਹਿੰਦੀ, ਤੂੰ ਚਿੰਤਾ ਨਾ ਕਰ, ਮੈਂ ਆਪਣੇ ਹੱਥ ਨਾਲ ਤਿਆਰੀ ਕਰਾਂਗਾ। ਸਾਰਾ ਕੁਝ ਪਾਇਆ, ਮਾਂ ਨੇ ਫਿਰ ਕਿਹਾ, ਕਹਿੰਦੀ ਪੁੱਤ ਕੁਝ ਰਹਿ ਤਾਂ ਨਹੀਂ ਗਿਆ? ਨਾ ਮਾਂ, ਮੈਂ ਦੋ ਵਾਰੀ ਵੇਖ ਲਿਆ, ਕੋਈ ਚੀਜ਼ ਨਹੀਂ। ਫਿਰ ਕਿਤੇ ਸਬੱਬ ਬਣਿਆ, ਮਾਂ ਨੇ ਕਿਹਾ, ਕਹਿੰਦੀ ਪੁੱਤ ਕੁਝ ਚੀਜ਼ ਰਹਿ ਨਾ ਜਾਏ? ਕਹਿਣ ਲੱਗਾ, ਮਾਂ ਤੂੰ ਚਿੰਤਾ ਨਾ ਕਰ, ਤੈਨੂੰ ਤਾਂ ਪਤਾ ਵੀ ਨਹੀਂ ਵੀ ਉੱਥੇ ਕੀ ਚਾਹੀਦਾ, ਉੱਥੇ ਸਾਡੇ ਪੈਸੇ ਨਹੀਂ ਚੱਲਦੇ। ਤੈਨੂੰ ਪਤਾ ਪਾਸਪੋਰਟ ਦਾ, ਪਾਸਪੋਰਟ ਕਰਦਾ ਕੀ ਹੈ? ਮੈਨੂੰ ਪਤਾ ਪਾਸਪੋਰਟ ਦਾ, ਮੈਨੂੰ ਪਤਾ ਉੱਥੇ ਕਿਹੜੀ ਕਰੰਸੀ ਚੱਲਦੀ ਹੈ, ਮੈਨੂੰ ਪਤਾ ਕਿਵੇਂ ਜਾਣਾ, ਤੂੰ ਚਿੰਤਾ ਨਾ ਕਰ, ਤੂੰ ਆਪ ਹੀ ਤੇ ਕੱਪੜੇ ਆਦਿਕ ਦੇਖਦੇ ਰਹੀ, ਮੈਂ ਪਾਉਂਦਾ ਰਿਹਾ, ਮੈਂ ਸਭ ਕੁਝ ਪਾ ਲਿਆ। ਮਾਂ ਮੇਰੇ 'ਤੇ ਭਰੋਸਾ ਕਰ, ਵਿਸ਼ਵਾਸ ਕਰ, ਤੇਰਾ ਪੁੱਤ ਵੱਡਾ ਹੋ ਗਿਆ, ਵਿਦੇਸ਼ ਵੀ ਚੱਲਿਆ, ਲੋਕ ਮੇਰੇ ਤੋਂ ਸਲਾਹਾਂ ਲੈਣ ਲੱਗ ਪਏ, ਪਰ ਤੈਨੂੰ ਨਾ ਮੇਰੇ 'ਤੇ ਵਿਸ਼ਵਾਸ ਬੱਝਾ। ਮਾਂ ਕਹਿਣ ਲੱਗੀ, ਨਾ ਪੁੱਤ, ਗਲਤੀ ਹੋ ਗਈ। ਰਾਤ ਨੂੰ ਸਾਰਾ ਟੱਬਰ ਸੌਣ ਲੱਗਾ,
ਮਾਂ ਉਹਦੇ ਕੋਲ ਸਰਾਣੇ 'ਤੇ ਆ ਕੇ ਕਹਿੰਦੀ, ਕਹਿੰਦੀ ਪੁੱਤ ਇੱਕ ਵਾਰੀ ਫੇਰ ਦੇਖ ਲੈ, ਕੋਈ ਚੀਜ਼ ਰਹਿ ਨਾ ਜਾਏ। ਗੁੱਸਾ ਫਿਰ ਕਾਬੂ ਕਰ ਗਿਆ, ਮਾਂ ਆਰਾਮ ਨਾਲ ਸੌਂ ਜਾ, ਤੂੰ ਮੈਂ ਸਭ ਕੁਝ ਦੇਖ ਲਿਆ। ਸਟੇਸ਼ਨ 'ਤੇ ਜਾਣਾ, ਉੱਥੋਂ ਟ੍ਰੇਨ ਪਕੜਨੀ ਹੈ, ਫਿਰ ਉਹ ਸ਼ਹਿਰ ਜਾਣਾ ਜਿੱਥੋਂ ਹਵਾਈ ਜਹਾਜ਼ ਜਾਂ ਕਿਸੇ ਹੋਰ ਸਾਧਨ ਦੇ ਰਾਹੀਂ ਵਿਦੇਸ਼ ਜਾਣਾ। ਸਾਰਾ ਟੱਬਰ ਸਟੇਸ਼ਨ 'ਤੇ ਖੜ੍ਹਾ, ਮਾਂ ਵੀ ਖੜ੍ਹੀ, ਇਹ ਵੀ ਖੜ੍ਹਾ, ਅਨਾਊਂਸਮੈਂਟ ਹੋ ਰਹੀ ਹੈ ਜਿਹੜੀ ਟ੍ਰੇਨ ਹੈ ਉਹ ਆਉਣ ਵਾਲੀ ਹੈ ਪਲੇਟਫਾਰਮ 'ਤੇ। ਮਾਂ ਨੇ ਫਿਰ ਕਹਿਣਾ, ਪੁੱਤ ਪੂਰਨ ਸਿੰਘ ਆ, ਕੋਈ ਚੀਜ਼ ਰਹਿ ਤਾਂ ਨਹੀਂ ਗਈ, ਹੁਣ ਕਾਬੂ ਨਹੀਂ ਰਿਹਾ। ਮਾਂ ਕਿੰਨੀ ਵਾਰੀ ਪੁੱਛੀ ਤੂੰ ਇਹ ਗੱਲ, ਮੈਂ ਕਿੰਨੀ ਵਾਰੀ ਕਹੀ, ਹੁਣ ਦੱਸ ਆਹ ਸਮੇਂ ਪੁੱਛਣ ਦਾ, ਟ੍ਰੇਨ ਆ ਰਹੀ, ਘਰ ਤੋਂ ਅਸੀਂ ਦੂਰ ਹਾਂ, ਅਸੀਂ ਜਾ ਵੀ ਨਹੀਂ ਸਕਦੇ, ਜੇ ਕੋਈ ਚੀਜ਼ ਰਹਿ ਵੀ ਗਈ ਤਾਂ ਵੀ ਮੈਂ ਹੁਣ ਪ੍ਰਾਪਤ ਨਹੀਂ ਕਰ ਸਕਦਾ, ਇਹ ਕੋਈ ਮੌਕਾ ਹੈ ਇਹ ਗੱਲ ਕਰਨ ਦਾ ਕਿ ਕੋਈ ਚੀਜ਼ ਰਹਿ ਗਈ? ਕੋਈ ਚੀਜ਼ ਨਹੀਂ ਰਹੀ। ਕਹਿਣ ਲੱਗੀ, ਪੁੱਤ ਨਾ, ਚੀਜ਼ ਤਾਂ ਰਹਿ ਗਈ, ਮੈਂ ਤਾਂ ਸੋਚਦੀ ਸੀ ਹੁਣ ਚੇਤੇ ਆਉਂਦੀ ਹੈ, ਹੁਣ ਚੇਤੇ ਆਉਂਦੀ ਹੈ, ਹੁਣ ਚੇਤੇ ਆਉਂਦੀ ਹੈ, ਬਚਪਨ ਤੋਂ ਹੀ ਮੈਂ ਲੱਗੀ ਹੋਈ ਹਾਂ ਵੀ ਕਦੇ ਤਾਂ ਯਾਦ ਹੋਏਗਾ, ਪਰ ਪੁੱਤ ਮੈਨੂੰ ਕਹਿ ਲੈਣ ਦੀ ਚੀਜ਼ ਤਾਂ ਰਹਿ ਗਈ। ਪੂਰਨ ਸਿੰਘ ਕਹਿੰਦਾ, ਕਿਹੜੀ ਚੀਜ਼ ਰਹਿ ਗਈ? ਉਹ ਆਪਣੇ ਨਾਲ ਇੱਕ ਲੈ ਕੇ ਆਈ ਸੀ ਝੋਲਾ, ਉਹਦੇ ਵਿੱਚੋਂ ਉਸਨੇ ਗੁਟਕਾ ਸਾਹਿਬ ਕੱਢਿਆ, ਕਹਿਣ ਲੱਗੇ, ਪੁੱਤ ਆਹ ਰਹਿ ਗਿਆ, ਤੂੰ ਆਪਣਾ ਪਾਸਪੋਰਟ ਸਾਂਭਿਆ, ਤੂੰ ਆਪਣੇ ਕੱਪੜੇ ਸਾਂਭੇ, ਤੂੰ ਗੁਟਕਾ ਸਾਹਿਬ ਨਹੀਂ ਸਾਂਭਿਆ, ਤੂੰ ਗੁਰਬਾਣੀ ਨਹੀਂ ਸਾਂਭੀ, ਇੱਥੇ ਤਾਂ ਮੈਂ ਕਹਿੰਦੀ ਸਾਂ ਨਾ, ਉੱਥੇ ਕੌਣ ਕਹੇਗਾ? ਉੱਥੇ ਮੈਂ ਨਹੀਂ ਹੋਣਾ। ਪੁੱਤ ਗੁਟਕਾ ਸਾਹਿਬ ਲੈ ਕੇ ਜਾ, ਜਿਸ ਵੇਲੇ ਤੂੰ ਗੁਟਕਾ ਸਾਹਿਬ ਦੇਖੇਗਾ ਤੈਨੂੰ ਲੱਗੇਗਾ ਮੇਰੀ ਮਾਂ ਕਹਿੰਦੀ ਹੈ ਕਿ ਪੁੱਤ ਜਪਜੀ ਸਾਹਿਬ ਪੜ੍ਹ ਲਈ ਕਿ ਨਹੀਂ। ਖੈਰ, ਉਸਨੇ ਗੁਟਕਾ ਸਾਹਿਬ ਲੈ ਲਿਆ, ਵਿਦੇਸ਼ 'ਚ ਚਲੇ ਗਿਆ, ਗੁਟਕਾ ਸਾਹਿਬ ਉਹਨੇ ਇੱਕ ਥਾਂ 'ਤੇ ਰੱਖਿਆ, ਰੱਖਿਆ ਹੀ ਰਹਿ ਗਿਆ। ਹੁਣ ਕਿਹਨੇ ਕਹਿਣਾ ਸੀ? ਉੱਥੋਂ ਦੀ ਸਾਰੀ ਜ਼ਿੰਦਗੀ ਦੇ ਵਿੱਚ ਖਚਤ ਹੋਇਆ, ਪੜ੍ਹਾਈ ਵਿੱਚ ਵੀ ਧਿਆਨ ਦਿੱਤਾ, ਅਤੇ ਉਹ ਸੰਪਰਕ ਵਿੱਚ ਆ ਗਿਆ ਸੰਨਿਆਸੀਆਂ ਦੇ। ਹੁਣ ਉਹਨਾਂ ਦੀ ਵਿਚਾਰਧਾਰਾ ਤੋਂ ਹੌਲੀ ਹੌਲੀ ਪ੍ਰਭਾਵਿਤ ਹੋਣ ਲੱਗ ਪਿਆ। ਮਨੁੱਖ ਦੀ ਨਾ ਇੱਕ ਬਿਰਤੀ ਹੈ, ਇੱਕ ਕਹਾਵਤ ਹੈ ਕਿ ਘਰ ਦਾ ਜੋਗੀ ਜੋਗੜਾ। ਸਾਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਸਿੱਖੀ ਕਿਤਨੀ ਕੀਮਤੀ ਹੈ, ਕਿਉਂਕਿ ਜਨਮ ਨਾਲ ਹੀ ਮਿਲ ਗਈ ਨਾ। ਜਿਨ੍ਹਾਂ ਨੇ ਸਮਝ ਕੇ ਅਪਣਾਈ ਹੈ ਉਹਨਾਂ ਦਾ ਜੀਵਨ ਵੇਖੋ, ਪ੍ਰੋਫੈਸਰ ਸਾਹਿਬ ਸਿੰਘ ਜੀ ਕੋਲ ਪੁੱਛ ਕੇ ਵੇਖੋ ਸਿੱਖੀ ਕੀ ਹੈ, ਉਹਨਾਂ ਨੇ ਅਪਣਾਈ ਹੈ, ਪੁੱਛ ਕੇ ਵੇਖੋ। ਸਾਨੂੰ ਇੱਦਾਂ ਹੀ ਮਿਲ ਗਈ, ਮੈਨੂੰ ਲੱਗਦਾ ਮੇਰੇ ਵਰਗਿਆਂ ਨੂੰ ਬਹੁਤ ਤੈਨੂੰ ਪਤਾ ਹੀ ਨਹੀਂ ਵੀ ਸਿੱਖੀ ਦੀ ਕੀਮਤ ਕੀ ਹੈ। ਹੁਣ ਪ੍ਰੋਫੈਸਰ ਪੂਰਨ ਸਿੰਘ ਸੰਨਿਆਸੀਆਂ ਤੋਂ ਪ੍ਰਭਾਵਿਤ ਹੁੰਦਾ, ਇਹ ਆਪਣਾ ਧਰਮ ਹੀ ਪਰਿਵਰਤਨ ਕਰ ਲੈਂਦਾ, ਸੰਨਿਆਸੀ ਬਣ ਜਾਂਦਾ ਹੈ। ਹੁਣ ਇੱਧਰ ਤਾਂ ਪਤਾ ਨਹੀਂ ਨਾ ਮਾਂ ਨੂੰ ਕਿ ਬਾਹਰ ਕੀ ਵਾਪਰਦਾ ਪਿਆ, ਅੱਜ ਕੱਲ੍ਹ ਇਹ ਤਾਂ ਸਾਧਨ ਹੈ ਨਹੀਂ ਗੱਲਬਾਤ ਦੇ, ਪਰ ਨਿਯਤ ਸਮੇਂ 'ਤੇ ਵਾਪਸ ਆਉਣ ਦੀ ਗੱਲ ਪਤਾ ਹੈ ਵੀ ਅੱਜ ਪੁੱਤ ਨੇ ਆਉਣਾ ਹੈ। ਸਟੇਸ਼ਨ 'ਤੇ ਗਈ ਮਾਂ, ਗੱਡੀ ਆਈ, ਉਹ ਦੇਖਦੀ ਹੈ ਵੀ ਮੇਰਾ ਪੁੱਤ ਉਤਰੇਗਾ ਕਿ ਨਹੀਂ ਉਤਰੇ, ਉਹਦੀਆਂ ਅੱਖਾਂ ਲੱਭਦੀਆਂ ਮੇਰੇ ਪੂਰਨ ਸਿੰਘ ਨੂੰ। ਇੱਕ ਇੱਕ ਕਰਕੇ ਸਾਰੇ ਚਲੇ ਗਏ, ਕੋਈ ਨਜ਼ਰ ਨਹੀਂ ਰਿਹਾ,
ਸਾਰੇ ਚਲੇ ਗਏ। ਉਹ ਖੜੀ ਦੇਖਦੀ ਗੱਡੀ ਵੀ ਚਲੇ ਗਈ, ਬੜੀ ਹੈਰਾਨ। ਮੇਰੇ ਪੁੱਤ ਨੇ ਤਾਂ ਆਉਣਾ ਸੀ, ਪੁੱਤ ਆਇਆ ਕਿਉਂ ਨਹੀਂ? ਕੋਲ ਇੱਕ ਸੰਨਿਆਸੀ ਖੜਾ, ਉਹ ਦੇਖਦੇ ਕਿ ਹੱਸੀ ਜਾਂਦਾ। ਅਖੀਰ ਉਹਨੇ ਕਿਹਾ, ਕਹਿਣ ਲੱਗਾ, ਮਾਂ ਲੱਗਦਾ ਤੂੰ ਪਹਿਚਾਣਿਆ ਹੀ ਨਹੀਂ। ਉਹਨੇ ਫਿਰ ਧਿਆਨ ਦੇ ਨਾਲ ਵੇਖਿਆ ਲਿਬਾਸ ਨਿਆਸੀਆਂ ਦਾ, ਚਿਹਰਾ ਮੋਹਰਾ ਵੇਖਿਆ, ਚਿਹਰੇ ਮੋਹਰੇ ਉੱਤੇ ਸਿੱਖੀ ਦੀ ਗੱਲ ਨਹੀਂ, ਸਿੱਖੀ ਦੀ ਦਸਤਾਰ ਨਹੀਂ, ਉਹਦੀਆਂ ਤਾਹਾਂ ਨਿਕਲ ਗਈਆਂ। ਇੱਧਰ ਮਾਂ ਤਾਹਾਂ ਮਾਰਦੀ ਹੈ, ਇੱਧਰ ਪੂਰਨ ਸਿੰਘ ਹੱਸਦਾ ਹੈ। ਕਹਿਣ ਲੱਗਾ, ਦੇਖ ਮਾਂ ਤੇਰਾ ਪੁੱਤ ਕਿੱਡਾ ਉੱਚਾ ਹੋ ਗਿਆ। ਸੰਨਿਆਸ ਨੇ ਉਹਨੂੰ ਇਹ ਗੱਲ ਸਮਝਾ ਦਿੱਤੀ, ਮੋਹ ਮਾਇਆ ਤੋਂ ਉੱਪਰ ਉੱਠਣਾ, ਤੂੰ ਰੋ ਰਹੀ ਹੈ, ਮੈਨੂੰ ਕੋਈ ਫਰਕ ਨਹੀਂ ਪੈ ਰਿਹਾ, ਮੈਨੂੰ ਕੋਈ ਫਰਕ ਨਹੀਂ ਪੈ ਰਿਹਾ, ਆ ਹੈ ਸੰਨਿਆਸ, ਮੈਂ ਮੋਹ ਮਾਇਆ ਤੋਂ ਉੱਪਰ ਉੱਠ ਗਿਆ। ਉਹਨੇ ਹੰਝੂ ਪੂੰਝਦੀ ਨੇ ਇੱਕ ਗੱਲ ਕੀਤੀ, ਕਹਿਣ ਲੱਗੀ, ਮੈਂ ਇਸ ਕਰਕੇ ਨਹੀਂ ਰੋਂਦੀ ਪੁੱਤ, ਮੈਂ ਤਾਂ ਇਸ ਕਰਕੇ ਰੋਂਦੀ ਹਾਂ ਕਿ ਮੇਰੇ ਪੁੱਤ ਨੇ ਆਉਣਾ ਸੀ, ਆਇਆ ਨਹੀਂ, ਔਰ ਮੈਨੂੰ ਭਰੋਸਾ ਇਸ ਗੱਲ ਦੇ ਉੱਤੇ ਕਿ ਇਸੇ ਥਾਂ 'ਤੇ ਮੈਂ ਜਪਜੀ ਸਾਹਿਬ ਦੇ ਹੱਥ ਦੀ ਬਾਂਹ ਫੜਾਈ ਸੀ। ਮੈਂ ਹੁਣ ਜਪਜੀ ਨੂੰ ਜਾ ਕੇ ਪੁੱਛਾਂਗੀ ਮੇਰਾ ਪੁੱਤ ਕਿੱਥੇ। ਦੇਖੋ, ਭਰੋਸਾ ਵਿਸ਼ਵਾਸ ਸਾਡਾ ਗਵਾਚ ਚੁੱਕਾ ਬਹੁਤਿਆਂ ਦਾ। ਉਹ ਕਹਿਣ ਲੱਗੀ, ਮੈਂ ਸ਼ੁਰੂ ਤੋਂ ਕਹਿੰਦੀ ਰਹੀ ਹਾਂ ਵੀ ਜਪਜੀ ਸਾਹਿਬ ਨੂੰ ਸਾਂਭ ਲਵੇ, ਜਪਜੀ ਸਾਹਿਬ, ਮੈਂ ਪੁੱਤ ਨੂੰ ਨਹੀਂ ਸੀ ਕਹਿੰਦੀ ਵੀ ਉਹ ਜਪਜੀ ਸਾਹਿਬ ਨੂੰ ਸਾਂਭੇ, ਅਸਲ ਵੀ ਮੈਂ ਜਪ ਬਾਣੀ ਨੂੰ ਕਹਿੰਦੀ ਸੀ ਮੇਰਾ ਪੁੱਤ ਸਾਂਭ ਲੈ। ਮੈਂ ਪੁੱਛੂੰਗੀ, ਜਪਜੀ ਸਾਹਿਬ ਚਲੇ ਗਈ, ਨਾਲ ਨਹੀਂ ਲੈ ਕੇ ਗਈ। ਖੈਰ, ਇਹ ਵੀ ਆਪਣੀ ਧੁਨ ਵਿੱਚ ਇਹ ਵੀ ਚਲੇ ਗਿਆ, ਵਿਦਵਾਨਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੋਣ ਲੱਗ ਪਈ, ਇਹਨੂੰ ਵਿਦਵਾਨ ਦੇ ਤੌਰ 'ਤੇ ਜਾਣਿਆ ਜਾਣ ਲੱਗ ਪਿਆ। ਇੱਕ ਐਸਾ ਸਮਾਂ ਆਇਆ ਜਦੋਂ ਕੋਈ ਸੈਮੀਨਾਰ ਸੀ, ਵੱਡੇ ਵੱਡੇ ਵਿਦਵਾਨ ਇਕੱਠੇ ਕੀਤੇ, ਇਹਨੂੰ ਵੀ ਬੁਲਾਇਆ ਗਿਆ, ਇਹ ਵੀ ਗਿਆ, ਹੋਰ ਵੀ ਕਈ ਵਿਦਵਾਨ ਆਏ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਔਰਗਨਾਈਜ਼ ਕੀਤਾ। ਉਹਨਾਂ ਕੋਲ ਕਮਰੇ ਘੱਟ ਗਏ, ਉਹਨਾਂ ਨੇ ਵਿਦਵਾਨਾਂ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਸਾਡੀ ਸਹਿਮਤੀ 'ਚ ਸਹਿਮਤੀ ਪ੍ਰਗਟ ਕਰੋ ਇਸ ਗੱਲ ਦੇ ਵਿੱਚ ਵੀ ਦੋ ਦੋ ਵਿਦਵਾਨ ਇੱਕ ਇੱਕ ਕਮਰੇ 'ਚ ਰਹਿ ਲਓ। ਕਈ ਇਹ ਲਿਖਦੇ ਨੇ ਕਿ ਭਾਈ ਵੀਰ ਸਿੰਘ ਜੀ ਇਹ ਕਿਸੇ ਨਾਲ ਕਮਰਾ ਬਹੁਤਾ ਸ਼ੇਅਰ ਨਹੀਂ ਸੀ ਕਰਦੇ, ਪਰ ਹੁਣ ਹਾਲਾਤ ਐਸੇ ਆ ਗਏ ਅਤੇ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਇਹਨਾਂ ਦੇ ਨਾਲ ਠਹਿਰਾਉਣ ਦੀ ਗੱਲ ਕੀਤੀ, ਇਹਨਾਂ ਨੇ ਮੰਨ ਲਈ ਗੱਲ। ਉਦੋਂ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਵਿਅੰਗ ਕੀਤਾ ਸੀ, ਜਦੋਂ ਪਤਾ ਲੱਗਿਆ ਨਾ ਵੀ ਮੇਰਾ ਉਹਨਾਂ ਦੇ ਨਾਲ ਟਿਕਾਣਾ ਹੋਇਆ, ਇਹਨੇ ਗੱਲ ਕੀਤੀ ਸੀ ਆਹੋ ਕੀ ਪਤਾ ਰਾਤ ਰਾਤ ਭਰ ਕੋਈ ਕਰਾਮਾਤ ਹੋ ਜਾਏ। ਕਹਿਣ ਦਾ ਮਤਲਬ ਸੀ ਵਿਚਾਰਾਂ ਹੋਣੀਆਂ ਅਤੇ ਮੈਂ ਇੰਨਾ ਪ੍ਰਭਾਵਿਤ ਕਰ ਲੈਣਾ ਅਤੇ ਕੱਲ੍ਹ ਨੂੰ ਵੀਰ ਸਿੰਘ ਵੀ ਸੰਨਿਆਸ ਦੀ ਬੋਲੀ ਬੋਲਣਗੇ। ਖੈਰ, ਦੋਹੇ ਵਿਦਵਾਨ ਸੀ, ਰਾਤੀ ਗੱਲਾਂ ਕੀਤੀਆਂ ਹੋਣੀਆਂ, ਆਰਾਮ ਲਈ ਸੌਂ ਗਏ। ਹੁਣ ਕੁਛ ਤਾਂ ਵਿਚਾਰਾਂ ਕੀਤੀਆਂ, ਗੁਰਮਤਿ ਦੇ ਪੱਖ ਕੁਝ ਸਾਂਝੇ ਕੀਤੇ ਹੋਣੇ ਭਾਈ ਵੀਰ ਸਿੰਘ ਜੀ ਨੇ। ਅੰਮ੍ਰਿਤ ਵੇਲਾ ਸੰਭਾਲਣਾ ਇਹ ਭਾਈ ਵੀਰ ਸਿੰਘ ਜੀ ਨੇ ਉਪਕਾਰ ਹੀ ਕੀਤਾ ਮੈਂ ਤਾਂ ਕਹਿੰਦਾ ਉਸ ਦਿਨ, ਕਿਉਂਕਿ ਗੁਰਸਿੱਖੀ ਜੀਵਨ ਵਾਲੇ ਵਿੱਚ ਇੱਕ ਪ੍ਰਚਾਰਕ ਦੇ ਤੌਰ 'ਤੇ ਦੇਖਿਆ ਜਾਂਦਾ, ਔਰ ਇਹ ਇੱਕ ਸੱਚਾਈ ਹੈ ਕਿ ਮਨੁੱਖ ਭਾਵੇਂ ਆਪਣੇ ਘਰ ਵਿੱਚ ਥੋੜ੍ਹਾ ਬਹੁਤ ਅੱਗੇ ਪਿੱਛੇ ਉੱਠ ਖੜ੍ਹੇ,
ਪਰ ਜਦੋਂ ਉਹ ਬਾਹਰ ਜਾਂਦਾ ਨਾ ਜੇ ਕੋਈ ਧਾਰਮਿਕ ਸ਼ਖਸੀਅਤ, ਤਾਂ ਉਹ ਅਕਸਰ ਅੰਮ੍ਰਿਤ ਵੇਲੇ ਦੀ ਸੰਭਾਲ ਸਹੀ ਸਮੇਂ ਸਿਰ ਕਰਦਾ, ਕਿਉਂਕਿ ਉਹਨੂੰ ਪਤਾ ਮੈਂ ਹੁਣ ਘਰ ਵਿੱਚ ਨਹੀਂ, ਹੁਣ ਮੈਂ ਬਾਹਰ ਹਾਂ, ਮੇਰਾ ਪ੍ਰਭਾਵ ਜਿਹੜਾ ਹੈਗਾ ਮੇਰੀ ਸ਼ਖਸੀਅਤ ਦਾ ਇੱਦਾਂ ਵੀ ਪਿਆ ਕਰਦਾ। ਮੁੱਕਦੀ ਗੱਲ, ਭਾਈ ਵੀਰ ਸਿੰਘ ਜੀ ਭਾਵੇਂ ਕਿ ਦੇਰ ਰਾਤ ਤੱਕ ਗੱਲਾਂ ਕੀਤੀਆਂ, ਉਹਨਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਇਸ਼ਨਾਨ ਪਾਣੀ ਕੀਤਾ, ਹੁਣ ਇਹ ਵੀ ਉੱਠ ਖੜ੍ਹੇ ਪ੍ਰੋਫੈਸਰ ਪੂਰਨ ਸਿੰਘ ਜੀ ਵੀ। ਭਾਈ ਵੀਰ ਸਿੰਘ ਨੇ ਗੁਟਕਾ ਸਾਹਿਬ ਲਿੱਤਾ ਅਤੇ ਜਪਜੀ ਸਾਹਿਬ ਪੜ੍ਹਨੀ ਸ਼ੁਰੂ ਕਰ ਦਿੱਤੀ। ਪੂਰਨ ਸਿੰਘ ਮੰਜੇ ਉੱਤੇ ਲੇਟਾ ਸੁਣਦਾ ਜਪਜੀ ਸਾਹਿਬ ਨੂੰ, ਉਹਦੇ ਅੰਦਰ ਚੇਤੇ ਆਉਂਦੀ, ਮਾਂ ਕਹਿੰਦੀ ਜਪ ਪੜ੍ਹ ਲਈ ਤੂੰ, ਜਪਜੀ ਪੜ੍ਹ ਲਈ। ਉਹਦਾ ਧਿਆਨ ਜਪਜੀ ਵੱਲ ਚਲੇ ਜਾਂਦਾ। ਹੁਣ ਹੁਣ ਵਿਦਵਾਨ ਵੀ ਹੈ, ਬਹੁਤ ਕੁਝ ਸੰਨਿਆਸ ਦਾ ਪੜ੍ਹ ਵੀ ਲਿਆ ਉਸਨੇ, ਕਈ ਗੱਲਾਂ ਦਾ ਪਤਾ ਵੀ ਲੱਗ ਗਿਆ। ਅੱਜ ਜਪਜੀ ਸਾਹਿਬ ਉਹਦੇ ਅੰਦਰ ਨੂੰ ਹਿਲਾਉਂਦੀ ਹੈ, ਤੂੰ ਕਿੱਥੋਂ ਕਿੱਥੇ ਚਲੇ ਗਿਆ। ਜਦੋਂ ਉਹ ਬਚਨ ਸੁਣਦਾ, ਜਦੋਂ ਉਹ ਬਚਨ ਸੁਣਦਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ। ਇਹ ਅੰਦਰ ਕਹਿੰਦਾ ਕਹਿੰਦਾ ਆਹ ਗੱਲ ਠੀਕ ਹੈ, ਅਸੀਂ ਤਾਂ ਸੱਤ 'ਤੇ ਰੁਕ ਗਏ, ਕੋਈ ਕਿਹਦੇ 'ਤੇ ਰੁਕ ਗਿਆ, ਬਾਬਾ ਨਾਨਕ ਤੇ ਬਹੁਤ ਅੱਗੇ ਹੈ। ਉਹ ਤਾਂ ਕਹਿੰਦਾ ਲੱਖਾਂ ਵੀ ਨਹੀਂ ਕਹਿਣੇ, ਹਜ਼ਾਰਾਂ ਵੀ ਨਹੀਂ ਕਹਿਣੇ, ਵੱਡਾ ਕਹਿਣਾ ਉਹਨੂੰ। ਜਦੋਂ ਉਹਨੇ ਬਚਨ ਸੁਣੇ ਵੀ ਜਦੋਂ ਇਹ ਆਕਾਰ ਬਣਿਆ ਨਾ, ਇਹ ਸ੍ਰਿਸ਼ਟੀ ਬਣੀ, ਕੋਈ ਨਹੀਂ ਜਾਣਦਾ, ਵੇਲ ਨਾ ਪਾਈਆ ਪੰਡਤੀ ਜੋ ਹੋਵੇ, ਕੋਈ ਵੀ ਨਹੀਂ ਜਾਣਦਾ, ਨਹੀਂ ਤਾਂ ਕੋਈ ਕੁਰਾਨ ਲਈ ਲੇਖ ਹੋ ਜਾਣਾ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ, ਕੁਰਾਨ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ ਜਾ ਕਰਤਾ, ਸਿੱਠੀ ਕੋ ਸਾਜੇ ਆਪੇ ਜਾਣੈ ਸੋਈ। ਹੁਣ ਇਹ ਸਾਇੰਸ ਦਾ ਵਿਦਿਆਰਥੀ ਵੀ ਹੈ, ਇਹਨੂੰ ਪਤਾ ਹੈ। ਕਹਿਣ ਲੱਗਾ ਗੱਲ ਤਾਂ ਬਾਬੇ ਨਾਨਕ ਦੀ ਠੀਕ ਹੈ, ਅਸੀਂ ਤਾਂ ਐਵੇਂ ਪੜ੍ਹ ਲਿਆ, ਕੰਨਾਂ 'ਚੋਂ ਮੈਲ ਨਿਕਲੀ, ਮੈਲ 'ਚੋਂ ਕੋਈ ਦੈਂਤ ਪੈਦਾ ਹੋ ਗਏ, ਉਹ ਦੈਂਤ ਕਿਸੇ ਦੇਵਤੇ ਨਾਲ ਲੜੇ, ਉਹ ਬੜੇ ਵੱਡੇ ਬਣ ਗਏ, ਉਹਨਾਂ ਦੀ ਚਰਬੀ ਨੋਵਾਂ ਦੇ ਨਾਲ ਪਾੜ ਪਾੜ ਕੇ ਉਸ ਦੇਵਤਾ ਨੇ ਥੱਲੇ ਸਿੱਟੀ, ਅਤੇ ਉਹ ਪਾਣੀ 'ਤੇ ਜੰਮ ਕੇ ਧਰਤੀ ਬਣ ਗਈ। ਹੁਣ ਉਹ ਕਹਿੰਦਾ ਆਹ ਗੱਲ ਤਾਂ ਝੂਠੀ ਹੈ, ਜੋ ਸਾਡਾ ਮਤ ਜੋ ਮੈਂ ਲਈ ਬੈਠਾ, ਅਤੇ ਜੋ ਬਾਬਾ ਨਾਨਕ ਕਹਿੰਦਾ ਗੱਲ ਤਾਂ ਆਹ ਸੱਚੀ ਹੈ। ਜਦੋਂ ਉਹਨੇ ਇਹ ਬਚਨ ਸੁਣੇ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਅੰਦਰ ਦਾ ਬੈਠਾ ਵਿਗਿਆਨੀ ਵੀ ਉਹਨੂੰ ਝੁਟਝੋੜਨ ਲੱਗ ਪਿਆ, ਉਹ ਕੀ ਛੱਡ ਕੇ ਤੂੰ ਕਿੱਥੇ ਆ ਗਏ, ਤੂੰ ਅੱਜ ਉੱਥੇ ਆਇਆ ਜੋ ਸੂਰਜ ਦੀ ਪੂਜਾ ਕਰ ਰਹੇ ਨੇ, ਆਹ ਤੂੰ ਉੱਥੇ ਆ ਕੇ ਖੜੋ ਗਿਆ ਜੋ ਸੂਰਜ ਨੂੰ ਦੇਵਤਾ ਮੰਨੀ ਜਾਂਦੇ ਨੇ। ਆਹ ਦੇਖ ਬਾਬਾ ਨਾਨਕ ਕਹਿੰਦਾ ਇਹੋ ਜਿਹੇ ਸੂਰਜ ਪਤਾ ਨਹੀਂ ਕਿੰਨੇ, ਇਹੋ ਜਿਹੇ ਚੰਦਰਮਾ ਪਤਾ ਨਹੀਂ ਕਿੰਨੇ, ਅੰਦਰ ਦਾ ਉਹਦਾ ਸੰਨਿਆਸੀ ਝੰਝੋੜਿਆ ਗਿਆ। ਜਿਵੇਂ ਅੱਜ ਜਪਜੀ ਸਾਹਿਬ ਨੇ ਉਹਦੇ ਅੰਦਰ ਦੇ ਜਿੰਨੇ ਵੀ ਵਹਿਮ ਭਰਮ ਜਾਂ ਹੋਰ ਖਿਆਲ ਸਨ, ਅੱਜ ਉਹਨਾਂ ਨੂੰ ਸਪਸ਼ਟ ਕਰਕੇ ਰੱਖਤਾ, ਚਾਨਣ ਨਾਲ ਭਰ ਦਿੱਤਾ। ਪੁੱਤ ਤੇਰਾ ਘਰ ਤੇ ਹੀਰੇ ਜਵਾਹਰਾਤ ਨਾਲ ਭਰਿਆ ਹੋਇਆ ਸੀ, ਤੂੰ ਆਹ ਹੀਰੇ ਜਵਾਹਰਾਤ ਛੱਡ ਕੇ ਕਿੱਥੇ ਕੋਡੀਆਂ ਦੇ ਢੇਰ ਉੱਤੇ ਜਾ ਕੇ ਬਹਿ ਗਿਆ, ਇਹ ਅੰਦਰੋਂ ਪਹਿਲਾਂ ਹੀ ਹਿੱਲਿਆ ਹੋਇਆ। ਬਾਹਰ ਜਾ ਕੇ ਉਸਨੇ ਆਪਣਾ ਪਰਚਾ ਪੜ੍ਹਿਆ, ਪਰਚਾ ਪੜ੍ਹਨ ਤੋਂ ਬਾਅਦ, ਕਿਉਂਕਿ ਜਿਹੜਾ ਮਨੁੱਖ ਜਿੱਥੋਂ ਥੋੜ੍ਹਾ ਬਹੁਤ ਪ੍ਰਭਾਵਿਤ ਹੁੰਦਾ ਨਾ, ਆਪਣੀ ਕਾਰਗੁਜ਼ਾਰੀ ਦੇਣ ਤੋਂ ਬਾਅਦ ਉਹਦੇ ਕੋਲ ਜਾ ਕੇ ਬੈਠਦਾ, ਤਾਂ ਕਿ ਇਹਨੂੰ ਇਹਦੇ ਚਿਹਰੇ ਉੱਤੇ ਦੇਖ ਸਕੇ ਵੀ ਹਾਂ ਪੁੱਤ ਤੂੰ ਚੰਗਾ ਕੀਤਾ। ਇਹ ਭਾਈ ਵੀਰ ਸਿੰਘ ਜੀ ਕੋਲ ਚਲੇ ਗਏ, ਅਤੇ ਫਿਰ ਜਦੋਂ ਸਤਿਕਾਰ ਲਈ ਥੋੜ੍ਹਾ ਬਹੁਤ ਬੰਦਾ ਝੁਕਦਾ ਹੀ ਹੈ, ਭਾਈ ਵੀਰ ਸਿੰਘ ਜੀ ਨੇ ਸਿਰ ਉੱਤੇ ਹੱਥ ਫੇਰ ਕੇ ਇੱਕ ਗੱਲ ਕਹੀ, ਕਹਿੰਦੇ ਪੂਰਨ ਸਿੰਘਾ ਬਹੁਤ ਵਧੀਆ ਕੀਤਾ, ਪਰ ਤੇਰੇ ਨਾਲ ਵਾਲ ਬੜੇ ਕੂਲੇ ਹੈ,
ਲੱਗਦਾ ਤੇਰੀ ਮਾਂ ਨੇ ਸਾਂਭ ਪਹਿਲਾਂ ਕੀਤੀ ਹੈ ਜੀ। ਬਸ ਇੰਨਾ ਹੀ ਕਹਿਣਾ ਸੀ, ਉਹ ਫੁੱਟ ਪਿਆ, ਕਹਿਣ ਲੱਗਾ ਹਾਂ ਵਾਕਈ ਮੇਰੀ ਮਾਂ ਨੇ ਸੰਭਾਲ ਕੀਤੀ, ਮੈਂ ਨਹੀਂ ਸੰਭਾਲ ਸਕਿਆ, ਮੈਂ ਇੰਨਾ ਪੜ੍ਹ ਲਿਖ ਕੇ ਵੀ ਗਵਾਰ ਦਾ ਗਵਾਰ ਰਹਿ ਗਿਆ। ਮੇਰੀ ਮਾਂ ਨੂੰ ਪਤਾ ਸੀ ਜਪਜੀ ਸਾਹਿਬ ਕਿੱਡੀ ਕੀਮਤੀ ਹੈ, ਮੈਨੂੰ ਨਹੀਂ ਸੀ ਪਤਾ। ਉਹਨੇ ਉਸ ਤੋਂ ਬਾਅਦ ਪੁਕਾਰ ਕੇ ਇੱਕ ਗੱਲ ਕਹੀ ਸੀ, ਮਾਂ ਤੇਰੀ ਜਪਜੀ ਜਿੱਤ ਗਈ, ਮੇਰਾ ਸੰਨਿਆਸੀ ਹਾਰ ਗਿਆ। ਮਾਂ ਤੂੰ ਆ ਅੱਜ ਉਸੇ ਜੇ ਆ ਸਕਦੀ ਹੈ ਉਸੇ ਸਟੇਸ਼ਨ 'ਤੇ ਆ, ਤੈਨੂੰ ਤੇਰਾ ਪੁੱਤ ਮਿਲੇਗਾ ਜਿੱਥੇ ਤੂੰ ਜਪਜੀ ਸਾਹਿਬ ਨੂੰ ਬਾਂਹ ਪਕੜਾ ਕੇ ਗਈ ਸੈਂ। ਅੱਜ ਜਪਜੀ ਸਾਹਿਬ ਹੀ ਤੇਰੇ ਪੁੱਤ ਨੂੰ ਵਾਪਸ ਤੇਰੇ ਕੋਲ ਲੈ ਕੇ ਆ ਰਹੀ ਹੈ। ਜਪਜੀ ਸਾਹਿਬ ਦੀ ਵਿਚਾਰ ਸੁਣ ਕੇ ਸਮਝ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਆਪਣਾ ਅਨਮਤ ਸੰਨਿਆਸ ਛੱਡ ਕੇ ਫਿਰ ਸਿੱਖੀ ਧਾਰਨ ਕੀਤੀ ਅਤੇ ਫਿਰ ਜਾ ਕੇ ਆਪਣੀ ਕਲਮ ਦੇ ਵਿੱਚੋਂ ਇਹ ਸੱਚਾਈ ਵਿਅਕਤ ਕੀਤੀ। ਉਹਨਾਂ ਦੇ ਲਿਖਤ ਹੋਏ ਬੋਲ ਨੇ ਕਿ ਮੈਂ ਪਹਿਲਾਂ ਆਪਣੇ ਹਾਣੀਆਂ ਵਿੱਚ ਬੈਠ ਕੇ ਪਾਠ ਕਰਨ ਸੰਬੰਧੀ ਸ਼ੱਕ ਸੁਭਾ ਕਰਦਾ ਰਿਹਾ, ਉਹ ਆਪ ਲਿਖਦੇ ਹੈ, ਪਰ ਬਾਅਦ ਵਿੱਚ ਆਪਣੇ ਉੱਤੇ ਨਿੱਜੀ ਤਜਰਬੇ ਕਰਕੇ ਮੈਂ ਇਸ ਨਤੀਜੇ ਉੱਤੇ ਪਹੁੰਚਿਆ, ਜਪ ਬਿਨਾ ਮਾਨੋ ਜੀਵ ਮਰ ਜਾਂਦਾ ਹੈ। ਸਮੇਂ ਦੀ ਧੂੜ ਉਹਦੇ ਉੱਤੇ ਇਉਂ ਜੰਮ ਜਾਂਦੀ ਹੈ ਕਿ ਉਹ ਜਪ ਕਰਤਾ ਦੇ ਪਿਆਰ ਤੋਂ ਵੀ ਪਾਸੇ ਹੋ ਜਾਂਦਾ, ਭਾਵ ਜਿਹਦੇ ਕੋਲ ਜਪਜੀ ਸਾਹਿਬ ਨਹੀਂ ਉਹਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਦਾ ਪਿਆਰ ਵੀ ਨਹੀਂ, ਉਹ ਲਿਖਦਾ। ਅੱਜ ਜੇ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਤੇ ਸਾਡੇ ਘਰ ਸਾਡੇ ਪੁੱਤ ਦੇ ਅੰਦਰ ਪ੍ਰਕਾਸ਼ ਰਹੇ, ਸਾਡੀ ਧੀ ਦੇ ਅੰਦਰ ਪ੍ਰਕਾਸ਼ ਰਹੇ, ਉਹਦੇ ਅੰਦਰ ਗੁਰੂਆਂ ਦੇ ਪ੍ਰਤੀ ਪ੍ਰੇਮ ਰਹੇ, ਅਤੇ ਸਾਨੂੰ ਉਹ ਮਾਂ ਕੋਲੋਂ ਇਹ ਗੱਲ ਸਿੱਖਣੀ ਪਏਗੀ, ਆਪਣੇ ਬੱਚਿਆਂ ਨੂੰ ਕਹਿਣਾ ਪਏਗਾ ਪੁੱਤ ਜਪਜੀ ਸਾਹਿਬ ਪੜ੍ਹ ਲਿਆ ਕਿ ਨਹੀਂ। ਕਦੇ ਪੜ੍ਹ ਕੇ ਵੇਖੀਏ। ਹਰਭਜਨ ਸਿੰਘ ਜੀ ਯੋਗੀ ਜੀ ਦੀ ਮੈਂ ਕੈਸਟ ਸੁਣ ਰਿਹਾ ਸੀ, ਉਹ ਕਹਿ ਰਹੇ ਸਨ, ਕਹਿਣ ਲੱਗੇ ਛੋਟੇ ਹੁੰਦਿਆਂ ਅਸੀਂ ਕਹਿਣਾ ਮਾਂ ਭੁੱਖ ਲੱਗੀ ਹੈ, ਅਤੇ ਸਾਡੀ ਮਾਂ ਨੇ ਇੱਕਦਮ ਮੰਜੀ ਤੋਂ ਉੱਠ ਖੜਨਾ, ਲੈ ਮੇਰੇ ਲਾਲ ਨੂੰ ਭੁੱਖ ਲੱਗੀ ਹੈ, ਮੈਂ ਹੁਣੇ ਰੋਟੀ ਬਣਾਉਣੀ ਹੈ, ਆ ਜਾਓ, ਕੋਲ ਬਿਠਾ ਲੈਣਾ ਅਤੇ ਕਈ ਵਾਰ ਆਟਾ ਗੁੰਨਣਾ, ਅਤੇ ਆਟਾ ਗੁੰਨਣ ਲੱਗਿਆਂ ਕੋਈ ਬਾਣੀ ਸ਼ੁਰੂ ਕਰ ਦੇਣੀ। ਹੁਣ ਸਾਨੂੰ ਭੁੱਖ ਵੀ ਲੱਗੀ ਹੋਣੀ, ਉਹਨੇ ਕੋਲ ਵੀ ਬਿਠਾ ਲੈਣਾ, ਆਟਾ ਵੀ ਗੁੰਨੀ ਜਾਣਾ, ਬਾਣੀ ਵੀ ਪੜ੍ਹੀ ਜਾਣੀ। ਕਹਿਣ ਲੱਗੇ ਇੱਕ ਦਿਨ ਅਸੀਂ ਗੱਲ ਕੀਤੀ ਵੀ ਆਟਾ ਗੁੰਨਣ ਲੱਗਿਆ ਮਾਂ ਤੂੰ ਬਾਣੀ ਪੜ੍ਹਦੀ ਹੈ, ਇਹ ਬਾਣੀ ਕਿਤੇ ਆਟੇ 'ਚ ਵੜ ਚੱਲੀ ਹੈ? ਜਿਵੇਂ ਬੱਚੇ ਸਵਾਲ ਕਰਦੇ ਨੇ, ਉਸ ਮਾਂ ਨੇ ਬੱਚਿਆਂ ਦੇ ਸਵਾਲ ਦਾ ਜਵਾਬ ਉਹਨਾਂ ਦੇ ਪੱਧਰ 'ਤੇ ਦਿੱਤਾ। ਉਹ ਕਹਿਣ ਲੱਗੀ ਹਾਂ ਪੁੱਤ, ਮੈਂ ਇਹ ਚਾਹੁੰਦੀ ਹਾਂ ਕਿ ਇਹ ਬਾਣੀ ਆਟੇ ਵਿੱਚ ਵੜ ਜਾਏ, ਆਟਾ ਮੇਰੇ ਪੁੱਤ ਵਿੱਚ ਵੜ ਜਾਏ, ਜਿੱਥੇ ਆਟਾ ਅੰਦਰ ਚਲੇ ਜਾਏ ਉੱਥੇ ਬਾਣੀ ਵੀ ਇਹਦੇ ਅੰਦਰ ਚਲੇ ਜਾਏ। ਅਸੀਂ ਕਹਿੰਦੇ ਤਾੜੀਆਂ ਮਾਰ ਮਾਰ ਕੇ ਹੱਸੇ, ਇੱਦਾਂ ਥੋੜ੍ਹੀ ਨਾ ਹੋ ਸਕਦਾ ਹੈ, ਇੱਦਾਂ ਨਹੀਂ ਹੋ ਸਕਦਾ। ਪਰ ਕਹਿਣ ਲੱਗੇ ਅੱਜ ਮੈਂ ਜਦੋਂ ਵੇਖਦਾ ਤੇ ਮੈਨੂੰ ਇਹ ਕਹਿਣਾ ਪੈਂਦਾ, ਸੱਚਮੁੱਚ ਮਾਂ ਤੂੰ ਮੈਨੂੰ ਰੋਟੀ ਹੋਣੀ ਦਿੱਤੀ, ਤੂੰ ਮੈਨੂੰ ਜਪ ਵੀ ਦਿੱਤਾ, ਤੂੰ ਮੈਨੂੰ ਬਾਣੀ ਵੀ ਦਿੱਤੀ, ਕਿਉਂਕਿ ਮੈਂ ਸੋਚਦਾ ਕਿ ਮੈਂ ਇਹ ਬਾਣੀ ਯਾਦ ਕਦੋਂ ਕੀਤੀ, ਮੈਂ ਤਾਂ ਯਤਨ ਨਾਲ ਯਾਦ ਹੀ ਨਹੀਂ ਕੀਤੀ। ਤੂੰ ਰੋਟੀ ਖਵਾਉਂਦਿਆਂ ਖਵਾਉਂਦਿਆਂ, ਆਟਾ ਗੁੰਨਦਿਆਂ ਗੁੰਨਦਿਆਂ, ਪ੍ਰਸ਼ਾਦਾ ਬਣਾਉਂਦਿਆਂ ਬਣਾਉਂਦਿਆਂ ਮੇਰੇ ਅੰਦਰ ਜਪਜੀ ਸਾਹਿਬ ਪ੍ਰਵੇਸ਼ ਕਰਵਾ ਦਿੱਤੀ, ਮੇਰੇ ਅੰਦਰ ਕਈ ਬਾਣੀਆਂ ਪ੍ਰਵੇਸ਼ ਕਰਵਾ ਦਿੱਤੀਆਂ, ਸੁਣਾਇਆ ਹੀ ਇੰਨੀ ਵਾਰ ਕਿ ਸੁਣ ਸੁਣ ਕੇ ਅੱਜ ਮੈਨੂੰ ਬਾਣੀ ਕੰਠ ਹੈ।
ਇਹ ਇਤਿਹਾਸ ਦੱਸਦਾ ਆਪਣੇ ਬੱਚਿਆਂ ਦੇ ਅੰਦਰ ਇਸ ਬਾਣੀ ਦਾ ਪ੍ਰਕਾਸ਼ ਕਰਨ ਦੀ ਜ਼ਿੰਮੇਵਾਰੀ ਵੀ ਤਾਂ ਸਾਡੀ ਹੈ ਨਾ। ਪ੍ਰਕਾਸ਼ ਤਾਂ ਹੈ, ਪ੍ਰਕਾਸ਼ ਤਾਂ ਹੈ, ਸਾਡੇ ਅੰਦਰ ਹਜੇ ਹਨੇਰਾ ਕਿਉਂ ਹੈ? ਕਿਉਂਕਿ ਅਸੀਂ ਇਹ ਚਾਨਣ ਅੰਦਰ ਲੈ ਕੇ ਨਹੀਂ ਜਾ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਸਿੱਖਿਆ ਦਿੰਦੇ ਨੇ, ਇਹੀ ਗੱਲ ਮਾਂ ਨੂੰ ਪ੍ਰੇਰਨਾ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਅੰਕਿਤ ਨੇ। ਯਾਦ ਰੱਖਣਾ, ਜੇ ਕਿਤੇ ਸਾਡੀ ਔਲਾਦ ਇਸ ਪ੍ਰਕਾਸ਼ ਤੋਂ ਬਿਨਾਂ ਰਹਿ ਗਈ ਨਾ, ਤਾਂ ਦੋਸ਼ ਸਾਨੂੰ ਵੀ ਮਿਲੇਗਾ। ਜਿਨ ਹਰ ਹਿਰਦੈ ਨਾਮ ਨਾ ਬੱਸਿਓ, ਤਿੰਨ ਮਾਤ ਕੀਜੈ ਹਰ ਬਾਂਝਾ, ਦੋਸ਼ ਲੱਗੇਗਾ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ, ਜਿਸ ਕੁਲ ਵਿੱਚ ਪੁੱਤ ਨੇ ਗਿਆਨ ਦੀ ਵਿਚਾਰ ਹੀ ਨਹੀਂ ਕੀਤੀ, ਉਹ ਮਾਂ ਵਿਧਵਾ ਕਿਉਂ ਨਾ ਹੋ ਗਈ।